ਨਾਭਾ ਬਲਾਕ ਦੇ ਪਿੰਡ ਚੈਲ ਵਿਖੇ 28 ਜੂਨ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਸੜਕ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਤੋਂ ਬਾਅਦ ਉੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਕਿਸਾਨ ਔਰਤ ਨੇ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਵਾਅਦਿਆਂ ਨੂੰ ਲੈ ਕੇ ਧਰਮਸੋਤ ਨੂੰ ਘੇਰਿਆ ਸੀ। ਕਿਸਾਨ ਜਥੇਬੰਦੀ ਦੇ ਵੱਲੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਦੁਬਾਰਾ ਫੇਰ ਘੇਰਿਆ ਗਿਆ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸਬ ਤਹਿਸੀਲ ਭਾਵਸੋ ਵਿਖੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਕਿਸਾਨ ਔਰਤ ਆਗੂ ਤੋਂ ਧਰਮਸੋਤ ਤੋਂ ਮੁਆਫ਼ੀ ਨਹੀਂ ਮੰਗਦਾ ਉਦੋਂ ਤੱਕ ਸਾਡਾ ਵਿਰੋਧ ਜਾਰੀ ਰਹੇਗਾ। ਦੂਜੇ ਪਾਸੇ ਧਰਮਸੋਤ ਨੇ ਕਿਹਾ ਕਿ ਮੈਂ ਕੋਈ ਵੀ ਕਿਸਾਨ ਜਥੇਬੰਦੀਆਂ ਦੇ ਖਿਲਾਫ਼ ਅਪਸ਼ਬਦ ਨਹੀਂ ਬੋਲੇ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਵੀ ਹਰੇਕ ਵੋਟਰ ਨੂੰ ਚੁਣੇ ਹੋਏ ਨੁਮਾਇੰਦੇ ਤੋਂ ਸਵਾਲ ਕਰਨ ਦਾ ਅਧਿਕਾਰ ਹੈ। ਜੋ ਵੋਟਰਾਂ ਨਾਲ ਇੱਥੋਂ ਦੇ ਨੁਮਾਇੰਦਿਆਂ ਨੇ ਵਿਹੜੇ ਕੀਤੇ ਨੇ, ਇਸ ਸੰਬੰਧ ਦੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਇੱਥੇ ਲਿਖਾਉਂਦਾ ਜੀ, ਇੱਕ ਸਰਗਰਮ ਕਿਸਾਨ ਬੀਬੀ ਨੇ ਸਵਾਲ ਕੀਤੇ ਵੀ ਜੋ ਤੁਸੀਂ ਇਲੈਕਸ਼ਨ ਦੇ ਵਿੱਚ ਪਿਛਲੀ 'ਚ ਲੋਕਾਂ ਨਾਲ ਵਾਅਦੇ ਕੀਤੇ ਤੇ ਵੀ ਹੁਣ ਤੱਕ ਪੂਰੇ ਨਹੀਂ ਹੋਏ, ਅਤੇ ਇੱਕ ਜ਼ਿੰਮੇਵਾਰ ਬੰਦੇ ਵੱਲੋਂ ਕੋਈ ਬਾਅਦ ਵਿੱਚ ਜਵਾਬ ਦੇਣ ਦੀ ਬਜਾਏ ਬੁਖਲਾਹਟ ਦੇ ਵਿੱਚ ਆ ਕੇ ਅਤੇ ਉਸ ਕਿਸਾਨ ਬੀਬੀ ਨੂੰ ਅਤੇ ਬੋਲਿਆ ਗਿਆ ਵੀ ਇਹ ਠੱਗੀਆਂ ਮਾਰਦੀ ਹੈ, ਅਤੇ ਉਸ ਸੰਬੰਧ 'ਚ ਲੈ ਕੇ ਅੱਜ ਸਾਧੂ ਸਿੰਘ ਧਰਮਸੋਤ ਦੇ ਖਿਲਾਫ਼ ਨਾਰੀ ਜਾਤੀ ਦੇ ਅਪਮਾਨ ਕਰਨ ਦੇ ਵਿਰੋਧ 'ਚ ਅਸੀਂ ਅੱਜ ਇੱਥੇ ਜਿਹੜਾ ਰੋਸ ਪ੍ਰਗਟ ਹੈ ਉਹ ਕਰਨ ਜਾ ਰਹੇ ਹਾਂ। ਬਿਲਕੁਲ ਬਹੁਤ ਮਾੜੀ ਗੱਲ ਹੈ, ਇੱਕ ਚੁਣਿਆ ਹੋਇਆ ਨੁਮਾਇੰਦਾ ਔਰਤ ਜਾਤੀ ਪ੍ਰਤੀ ਇੰਨੀ ਘਟੀਆ ਸ਼ਬਦਾਵਲੀ ਵਰਤੇ, ਇੰਨੀ ਘਟੀਆ ਸੋਚ ਰੱਖਦਾ ਹੋਵੇ ਅਤੇ ਉਹ ਤੋਂ ਲੋਕ ਕੀ ਆਸ ਰੱਖ ਸਕਦੇ ਨੇ, ਕੀ ਕਹੀ ਨਹੀਂ ਸੋਚਦਾ, ਲੋਕਾਂ ਨੂੰ ਕੀ ਸੇਧ ਦਊਗਾ ਉਹ, ਬਿਲਕੁਲ ਨਹੀਂ। ਤੁਸੀਂ ਵੀ ਜਨਤਕ ਤੌਰ 'ਤੇ ਜਥੇਬੰਦੀ ਤੋਂ ਮਾਫ਼ੀ ਮੰਗੇ, ਉਸ ਔਰਤ ਤੋਂ ਮਾਫ਼ੀ ਮੰਗੇ, ਜਿੰਨਾ ਚਿਰ ਮਾਫ਼ੀ ਨਹੀਂ ਮੰਗਦੇ ਅਤੇ ਉਨਾ ਚਿਰ ਸਾਡਾ ਜਿਹੜਾ ਵਿਰੋਧ ਹੈ ਇਹ ਇਸੇ ਤਰ੍ਹਾਂ ਜਾਰੀ ਰਹੇਗਾ। ਦੇਖੋ ਜਿੰਨਾ ਚਿਰ ਮਾਫ਼ੀ ਨਹੀਂ ਮੰਗਦਾ ਤਾਂ ਜਿਹੜਾ ਵਿਰੋਧ ਹੈ ਸਾਧੂ ਸਿੰਘ ਦਾ ਲਗਾਤਾਰ ਜਾਰੀ ਰਹੇਗਾ। ਦੇਖੋ ਜੀ, ਸਾਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਇਸ ਨੂੰ ਲੈ ਕੇ ਹੈ, ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਿਹੜੇ ਪਿਛਲੇ ਆਪਾਂ 30 ਤਰੀਕ ਨੂੰ ਸਾਧੂ ਸਿੰਘ ਧਰਮਸੋਤ ਨੂੰ ਸਵਾਲ ਪੁੱਛੇ ਗਏ ਸੀਗੇ ਚਹਿਲ ਵਿਖੇ, ਉੱਥੇ ਸਾਡੀ ਇਕਾਈ ਦੀ ਇੱਕ ਜ਼ਿੰਮੇਵਾਰ ਬੀਬਾ ਸਰਬਜੀਤ ਕੌਰ ਸਹੌਲੀ ਤੋਂ ਉਹਨਾਂ ਨੇ ਆਪਣੇ ਜਾਇਜ਼ ਸਵਾਲ ਇਹਨਾਂ ਨੂੰ ਪੁੱਛੇ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਸਾਧੂ ਸਿੰਘ ਧਰਮਸੋਤ ਨੇ ਸ਼ਬਦਾਵਲੀ ਜਿਹੜੀ ਉਹਦੀ ਸ਼ਬਦਾਵਲੀ ਗਲਤ ਸ਼ਬਦਾਵਲੀ ਵਰਤੀ ਆ, ਸੋ ਉਸ ਦੇ ਵਿਰੋਧ ਦੇ ਵਿੱਚ ਇਹ ਅਸੀਂ ਮਤਲਬ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਸੋ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਪਹਿਲਾਂ ਵੀ ਅਸੀਂ ਅਲਟੀਮੇਟਮ ਦੇ ਚੁੱਕੇ ਹਾਂ ਵੀ ਜਿੱਥੇ ਵੀ ਸਾਧੂ ਸਿੰਘ ਧਰਮਸੋਤ ਜਾਊਗਾ ਉੱਥੇ ਉੱਥੇ ਇਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਹੋਊਗਾ। ਇੱਕ ਲੀਡਰ ਨੇਤਾ ਹੋਣ ਦੇ ਨਾਤੇ ਜੀ ਸ਼ਬਦਾਵਲੀ ਚੰਗੀ ਲੱਗਦੀ ਹੈ, ਦੇਖੋ ਜੀ ਇਹ ਲੋਕਾਂ ਨੂੰ ਪਹਿਲਾਂ ਤਾਂ ਮੈਨਰੇ ਨਹੀਂ ਹੈਗੇ, ਮੈਂ ਤੁਹਾਨੂੰ ਗੱਲ ਦੱਸਦਿਆਂ ਵੀ ਇਹ ਲੋਕ ਅਨਪੜ੍ਹ ਨੇ, ਇਹ ਅਨਪੜ੍ਹ ਲੋਕਾਂ ਨੂੰ ਇਹ ਨਹੀਂ ਪਤਾ ਵੀ ਨਾਰੀ ਜਾਤੀ ਦਾ ਅਪਮਾਨ ਕਰ ਰਹੇ ਹਾਂ ਜਾਂ ਅਸੀਂ ਕੀ ਬੋਲ ਰਹੇ ਹਾਂ। ਸੋ ਇਹ ਵੱਡੀ ਗਲਤੀ ਆ ਜਿਹੜਾ ਸਾਧੂ ਸਿੰਘ ਧਰਮਸੋਤ ਨੇ ਕੀਤੀ ਹੈ, ਇਹਦਾ ਖਮਿਆਜ਼ਾ ਜਿਹੜਾ ਵੱਡਾ ਭੁਗਤਣਾ ਪਊਗਾ, ਕਿਉਂਕਿ ਇਹ ਸਿਰਫ ਇਕੱਲੀ ਇੱਕ ਸਾਡੀ ਬੀਬੀ ਨੂੰ ਨਹੀਂ ਕਿਹਾ ਗਿਆ, ਇਹ ਪੂਰੀ ਔਰਤ ਜਾਤੀ ਦਾ ਅਪਮਾਨ ਕੀਤਾ, ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ ਦੀ ਅਹੁਦੇਦਾਰ ਦਾ ਅਪਮਾਨ ਕੀਤਾ। ਸੋ ਇਹ ਗੱਲ ਹੈ ਜਿਹੜੀ ਇਹ ਅਸੀਂ ਉੱਪਰ ਤੱਕ ਲੈ ਕੇ ਜਾਵਾਂਗੇ, ਜਿਹੜੇ ਇਹਨਾਂ ਦੇ ਧਰਮ ਚੌਧਰੀ ਨੇ ਜਿਵੇਂ ਕਿ ਨਾਭੇ ਦਾ ਪੰਕਜ ਪੱਪੂ ਹੈ, ਸੋ ਉਸ ਤੋਂ ਪਹਿਲਾਂ ਉਹ ਬਕਿਆ, ਸੋ ਉਹਦੇ ਵਿਰੁੱਧ ਵੀ ਜਥੇਬੰਦੀ ਹੈ ਜਿਹੜੀ ਪੂਰਾ ਐਕਸ਼ਨ ਲਊਗੀ, ਇਸ ਤਰ੍ਹਾਂ ਹੀ ਉਹਦਾ ਵਿਰੋਧ ਕਰਾਂਗੇ। ਦੇਖੋ ਜੀ ਕੋਈ ਕਾਰਵਾਈ ਨਹੀਂ ਹੋਈ, ਪੁਲਿਸ ਦੀ ਕੰਪਲੇਂਟ 'ਤੇ ਕੋਈ ਕਾਰਵਾਈ ਨਹੀਂ ਹੋਈ, ਉਸ ਤੋਂ ਬਾਅਦ ਦੇ ਵਿੱਚ ਅਸੀਂ ਨੇ ਆਪਦਾ ਮਤਲਬ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਹੈ ਵੀ ਹੁਣ ਅਸੀਂ ਦੇਖੋ ਪਹਿਲਾਂ ਜਿਹੜਾ ਵਿਧਾਨ ਹੈ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣਾ ਸਾਡਾ ਬਣਦਾ, ਪਰ ਹੁਣ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਤਾ, ਇਦੂ ਬਾਅਦ ਦੇ ਵਿੱਚ ਹੁਣ ਜੋ ਵੀ ਹੋਊਗਾ ਜਥੇਬੰਦੀ ਕਰੂਗੀ। ਪੂਰੇ ਕਰੜੇ ਸ਼ਬਦਾਂ ਦੇ ਵਿੱਚ ਮੈਂ ਇਹਦੇ ਸਾਧੂ ਸਿੰਘ ਧਰਮਸੋਤ ਇਹਨਾਂ ਬੋਲਾਂ ਦੀ ਨਿੰਦਾ ਕਰਦਾ, ਸੋ ਇਹਦਾ ਵਿਰੋਧ ਆ ਜਿਹੜਾ ਅੱਜ ਘਾਟਾ ਕੱਲ੍ਹ ਨੂੰ ਹੋਰ ਪਰਸੋਂ ਨੂੰ ਹੋਰ ਵੱਧਦਾ ਜਾਣਾ। 20 ਸਾਲ ਤੋਂ ਰੁਕਿਆ ਪਿਆ ਕੰਮ ਸੀਗਾ ਪਾਸੋਂ ਬੱਸ ਅੱਡੇ ਦਾ, ਔਰ 1.5 ਕਰੋੜ ਰੁਪਈਆ ਲੱਗ ਕੇ ਮਿਊਂਸਪਲ ਕੌਂਸਲ ਦੇ ਪ੍ਰਧਾਨ ਚੁੰਨੀ ਲਾਲ ਜੀ ਔਰ ਸਾਰੇ ਮੈਂਬਰਾਂ ਨੇ ਹਿੰਮਤ ਕੀਤੀ ਹੈ ਔਰ ਸਰਕਾਰ ਨੇ ਪੈਸਾ ਦਿੱਤਾ ਔਰ ਮਨਜ਼ੂਰੀ ਲੈ ਕੇ ਬੜਾ ਫਸਿਆ ਕੰਮ ਸੀ, ਅਸੀਂ ਅੱਜ ਇਹ ਸ਼ੁਰੂਆਤ ਕੀਤੀ ਹੈ 1.5 ਕਰੋੜ ਰੁਪਏ ਦੀ। ਔਰ ਮੈਂ ਸਮਝਦਾ ਬੜੀ ਮੰਦਭਾਗੀ ਗੱਲ ਆ, ਜਿਹੜੇ ਡਿਵੈਲਪਮੈਂਟ ਕੰਮਾਂ ਦਾ ਬੰਦੇ ਵਿਰੋਧ ਕਰਦੇ ਨੇ ਉਹਨਾਂ ਨੂੰ ਲੋਕ ਕਦੇ ਮਾਫ਼ ਨਹੀਂ ਕਰਨਗੇ। ਇਹ ਜਿਹੜੇ ਵਿਰੋਧ ਕਰ ਰਹੇ ਨੇ ਕਹਿੰਦੇ ਤੁਸੀਂ ਬੀਬੀ ਨੂੰ ਅਪਸ਼ਬਦ ਬੋਲ ਰਹੇ ਵੀ ਤਾਂ ਕਰਕੇ, ਨਾ ਮੈਂ ਕਿਸੇ ਬੀਬੀ ਦਾ ਹੀ ਬੇਟਾ, ਮੈਂ ਕਿਸੇ ਬੀਬੀ ਨੂੰ ਅਪਸ਼ਬਦ ਨਹੀਂ ਬੋਲ ਸਕਦਾ। ਆਵਾਜ਼ੀ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।